पानीगढ़ सब डिवीज़न के गांव भट्टीवाल कला में एक गरीब परिवार जो बिना छत के रह रहा था और उसका मकान इस कदर खस्ता हाल में था कि किसी भी वक्त बड़ी घटना घट सकती थी। इस बात का जब इलाके के डेरा प्रेमियों को लगा तो पता उन्होंने अपने भाई डेरा सच्चा सौदा के प्रेमी बलजीत सिंह का मकान महज 2 दिन में ही खड़ा कर दिया। और बलजीत सिंह ये आशियाना पाकर जहाँ बेहद खुश है, वहीं वो अपने डेरा प्रेमी सच्चा सौदा के भाइयों का बहुत बहुत धन्यवाद कर रहा है। आपको बता दें कि इस आशियाने को बनाने के लिए इलाके की सारी संगत ही बलजीत सिंह के मकान को बनाने में जुट गई और जो काम 15-20 दिन में होने वाला था। बहुत ज्यादा धन्यवाद कर रहे हैं जिन्होंने सा मकान पा के दिता जी। डेरा सच्चा सौदा जी, सच्चा संगत जी जिन्होंने सा मकान पा के दिता जी, इन्हों ने बहुत बहुत धन्यवाद कर रहे हैं। ਧੰਨਵਾਦ ਜੀ ਜਿਹੜੀ ਮੇਰੇ ਮਗਰ ਜੁੜ ਗਈ ਜਿਹੜਾ ਅਸੀਂ ਜੀਤੀ ਸਿੰਘ ਦਾ ਮਕਾਨ ਬਣਾ ਕੇ ਦਿੱਤਾ ਸਾਰੀ ਸਾਧ ਸੰਗਤ ਨੇ ਰਲ ਦੇ ਸਹਿਯੋਗ ਨਾਲ ਬਣਾਇਆ ਜੀ। ਬਹੁਤ ਗਰੀਬ ਪਰਿਵਾਰ ਦੀ ਜੀ, ਇਹ ਬੱਚੇ ਛੋਟੇ ਛੋਟੇ ਬੱਚੇ ਨੇ ਇਹਦੇ, ਅਤੇ ਇਹਦਾ ਕੋਈ ਇਹ ਚਾਰ ਸਵੇਰੇ ਪੰਚਾਇਤ ਲਵੇ ਸਾਰੇ ਘੁੰਮਿਆ ਫਿਰਿਆ, ਇਹਦੀ ਕਿਸੇ ਨੇ ਬਾਂਹ ਨਹੀਂ ਫੜੀ, ਪਰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਮਿਲ ਕੇ ਇਹਦਾ ਸਹਿਯੋਗ। ਗਰੀਬ ਪਰਿਵਾਰ ਦਾ ਜੋ ਮਕਾਨ ਬਣਿਆ ਇਹ ਸਾਰੀ ਸਾਧ ਸੰਗਤ ਦੇ ਸਹਿਯੋਗ ਨਾਲ ਹੀ ਬਣਿਆ। ਜਦੋਂ ਇਹ ਵੀਰ ਸਾਨੂੰ ਮਿਲਿਆ ਇਹਨੇ ਦੱਸਿਆ ਜੀ ਮੈਂ ਸਾਰੇ ਕਿਤੇ ਜਾ ਕੇ ਆਇਆ, ਮੇਰੀ ਕੋਈ ਬਾਂਹ ਨਹੀਂ ਫੜ ਰਿਹਾ, ਕੋਈ ਮਦਦ ਨਹੀਂ ਕਰ ਰਿਹਾ। ਅਸੀਂ ਸਾਧ ਸੰਗਤ ਨਾਲ ਵਿਚਾਰ ਕਰਕੇ ਸਾਧ ਸੰਗਤ ਨੇ ਉਤਸਾਹ ਦਿੱਤਾ ਤਾਂ ਅਸੀਂ ਸਾਰੀ ਸਾਧ ਸੰਗਤ ਨੇ ਇਕੱਠੇ ਹੋ ਕੇ ਇਸ ਦਾ ਮਕਾਨ ਬਣਾ ਕੇ ਦਿੱਤਾ। ਬਾਕੀ ਮਾਲਕ ਇਹਦੇ ਘਰ 'ਚ ਰਹਿਮਤ ਬਖਸ਼ੇ, ਸਾਰੀ ਸੰਗਤ ਇਹੀ ਅਰਦਾਸ ਕਰਦੀ ਹੈ। ਧੰਨਵਾਦ। ਸਾਡੀ ਸੇਵਾ ਜਿਹੜੀ ਇਸੇ ਤਰ੍ਹਾਂ ਚੱਲ ਰਹੀ ਹੈ, ਜਦ ਕੋਈ ਕਿਸੇ ਵੀ ਗਰੀਬ ਭੈਣ ਭਾਈ 'ਤੇ ਕੋਈ ਆਫਤ ਹੁੰਦੀ ਹੈ ਜਾਂ ਕੋਈ ਕਿਸੇ ਦਾ ਇਲਾਜ ਕਰਾਉਣਾ ਜਾਂ ਫਿਰ ਕਿਸੇ ਦੇ ਸਿਰ 'ਤੇ ਛੱਤ ਨਹੀਂ, ਅਸੀਂ ਇਹ ਪਾ ਕੇ ਦੇਣੀ ਹੁੰਦੀ ਹੈ। ਸਾਡੇ ਗੁਰੂ ਵੱਲੋਂ ਸਾਨੂੰ ਹੁਕਮ ਨੇ, ਉਹਨਾਂ ਦੇ ਬਚਨਾਂ ਦੇ ਅਨੁਸਾਰ ਅਸੀਂ ਚੱਲ ਰਹੇ ਹਾਂ। ਸਾਰੇ ਸਾਡੇ ਪਿੰਡ ਦੀ ਬਹੁਤ ਸਾਧ ਸੰਗਤ ਹੈ, ਹਰ ਇਹੋ ਜਿਹੀ ਵਕਤ ਦੀ ਘੜੀ ਦੇ ਵਿੱਚ ਅਸੀਂ ਸਭ ਤਿਆਰ ਰਹਿੰਦੇ ਹਾਂ, ਮਿਲ ਕੇ ਸਾਰੇ ਕਰ ਰਹੇ ਹਾਂ ਅਤੇ ਇਸੇ ਤਰ੍ਹਾਂ ਕਰਦੇ ਰਹਾਂਗੇ। ਇਹ ਮਕਾਨ ਜਿਹੜਾ ਪਾ ਕੇ ਦਿੱਤਾ ਬਹੁਤ ਗਰੀਬ ਹੈ, ਉਹ ਦਿਹਾੜੀ ਵੀ ਨਹੀਂ ਕਰ ਸਕਦਾ, ਛੋਟੇ ਛੋਟੇ ਬੱਚੇ ਨੇ, ਉਹਨਾਂ ਕਰਕੇ ਅਸੀਂ ਉਹਨੇ ਜਾ ਕੇ ਸਾਡੇ ਕੋਲ ਬੇਨਤੀ ਕੀਤੀ ਵੀ ਮੇਰਾ ਮਕਾਨ ਗਿਰ ਗਿਆ। ਅਸੀਂ ਸਾਰੀ ਸਾਧ ਸੰਗਤ ਨੇ ਉਪਰਾਲਾ ਕਰਕੇ ਨਾਲ ਦੀ ਨਾਲ ਅਸੀਂ ਇਕੱਠੇ ਹੋ ਕੇ ਇਹਦਾ ਮਕਾਨ 2-4 ਦਿਨ ਦੇ ਵਿੱਚ ਖੜ੍ਹਾ ਕੀਤਾ, ਹੁਣ ਕੰਪਲੀਟ ਕਰਕੇ ਇਹਦਾ ਸਮਾਨ ਅੰਦਰ ਖਾਵਾਂਗੇ ਅਸੀਂ ਅਤੇ ਅੱਗੇ ਰਹਾਂਗੇ ਵੀ ਕੋਈ ਢਿੱਲ ਮੱਠ ਹੈ ਕਿਸੇ ਨੂੰ ਅਸੀਂ ਨਾਲ ਬਰਾਬਰ ਖੜ੍ਹਦੇ ਹਾਂ, ਜਾ ਕੇ ਉਸੇ ਟਾਈਮ ਸਾਰੇ ਪਿੰਡ ਦੀ ਜਿਹੜੀ ਸਾਧ ਸੰਗਤ ਹੈ ਸਾਰੀ ਨਾਲ ਸਹਿਯੋਗ ਦੇ ਰਹੀ ਹੈ। ਸਾਨੂੰ ਮਕਾਨ ਪਾ ਕੇ ਦਿੱਤਾ ਸੀ ਬਾਈ ਦਾ, ਇਹ 10 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ, ਛੋਟੇ ਛੋਟੇ ਬੱਚੇ ਨੇ, ਇਹਨਾਂ ਦੀ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੈ ਅਤੇ ਕੰਮ ਨਹੀਂ ਕਰ ਸਕਦੇ ਬੱਚੇ ਛੋਟੇ ਕਰਕੇ, ਇਸ ਕਰਕੇ ਅਸੀਂ ਛੋਟੇ ਛੋਟੇ ਬੱਚੇ ਨੇ ਜਿਹੜੇ 4 ਬੱਚੇ ਨੇ ਇਹਨਾਂ ਦੇ ਅਤੇ ਰੁਜ਼ਗਾਰ ਇਹਨਾਂ ਦੇ ਕੋਲ ਕੋਈ ਨਹੀਂ ਹੈਗਾ, ਰੀੜ੍ਹ ਦੀ ਹੱਡੀ ਪ੍ਰੋਬਲਮ ਹੈ, ਇਹਨਾਂ ਨੂੰ ਕੰਮ ਕਰ ਨਹੀਂ ਸਕਦੇ, ਇਸ ਕਰਕੇ ਰਸਮ ਪਾਣੀ ਦਾ ਅਤੇ ਬਾਕੀ ਇਹ ਜਿਹੜਾ ਉਪਰਾਲਾ ਅਸੀਂ ਕਰਕੇ ਦੇ ਰਹੇ ਹਾਂ।